ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ ਅੱਜ ਦੀ ਨੌਜਵਾਨ ਪੀੜ੍ਹੀ ਨਸ਼ੇ ਦੀ ਪੂਰਤੀ ਕਰਨ ਲਈ ਲੁੱਟ ਖੋਹ ਕਰਨ ਵਿੱਚ ਗ੍ਰਸਤ ਵਿਖਾਈ ਦੇ ਰਹੇ ਨੇ ਤਾਜ਼ਾ ਮਾਮਲਾ ਨਾਭਾ ਵਿਖੇ ਸਾਹਮਣੇ ਆਇਆ ਹੈ ਜਿੱਥੇ ਬੀਤੇ ਦਿਨ ਤਿੰਨ ਨੌਜਵਾਨਾਂ ਵੱਲੋਂ ਲੁੱਟ ਖੋਹ ਕਰਨ ਦੇ ਲਈ ਅਗੇਤੀ ਪਿੰਡ ਦੇ ਵਿਅਕਤੀ ਦੇ ਅੱਖਾਂ ਵਿੱਚ ਲਾਲ ਮਿਰਚਾਂ ਦਾ ਸਹਾਰਾ ਲੈ ਕੇ ਘਟਨਾ ਨੂੰ ਅੰਜਾਮ ਦਿੱਤਾ ਅਤੇ ਉਸਦਾ ਪਰਸ ਅਤੇ ਮੋਬਾਈਲ ਲੈ ਕੇ ਫਰਾਰ ਹੋ ਗਏ ਸੀ। ਇਹਨਾਂ ਨੌਜਵਾਨਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਹੀ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੀ ਉਮਰ 19 ਤੋਂ ਲੈ ਕੇ 23 ਸਾਲ ਦਰਮਿਆਨ ਹੈ ਜੋ ਵੱਖ ਵੱਖ ਕਾਲਜਾਂ ਵਿੱਚ ਪੜ੍ਹਾਈ ਕਰ ਰਹੇ ਨੇ। ਇਸ ਮੌਕੇ ਤੇ ਨਾਭਾ ਦੇ DSP ਵਰਿੰਦਰਜੀਤ ਸਿੰਘ ਛਿੰਦੇ ਨੇ ਦੱਸਿਆ ਕਿ ਇਹਨਾਂ ਤਿੰਨ ਨੌਜਵਾਨਾਂ ਨੂੰ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਨਸ਼ੇ ਦੀ ਪੂਰਤੀ ਲਈ ਇਹ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਮੇਰੇ ਨਾਲ ਜਿਹੜੀ ਹੈਗੀ ਆ ਉਹ ਤਿੰਨ ਮੁੰਡਿਆਂ ਨੇ ਖੋਹ ਦੀ ਵਾਰਦਾਤ ਕੀਤੀ ਹੈਗੀ ਆ। ਅਸੀਂ SHO ਸਦਰ 'ਤੇ ਸਾਡੀ ਸਾਰੀ ਟੀਮ ਜਦੋਂ ਉੱਥੇ ਰਸ਼ ਕੀਤਾ ਤਾਂ ਸਾਨੂੰ ਉਹਨਾਂ ਦੇ ਦੱਸਣ ਮੁਤਾਬਕ ਜਿਹੜੀ ਦਿਸ਼ਾ ਉਹਨਾਂ ਨੇ ਸਾਨੂੰ ਦੱਸੀ ਮਦਈ ਨੇ ਉਹਦੇ ਮੁਤਾਬਕ ਅਸੀਂ ਨਰਵਾਣਾ ਕਲਾਂ ਸਕੂਲ ਤੋਂ ਜਾ ਕੇ ਇੱਕ ਸਾਨੂੰ CCTV ਫੁਟੇਜ ਮਿਲੀ। ਉਸ ਫੁਟੇਜ ਦੇ ਆਧਾਰ 'ਤੇ ਅਸੀਂ ਉਹ ਆਈਡੈਂਟੀਫਿਕੇਸ਼ਨ ਕਰਵਾਈ ਮਦਈ ਤੋਂ ਕਿ ਜੀ ਇਹ ਬੰਦੇ ਹੀ ਹੈ ਜਿਹੜੇ ਉਹਨਾਂ ਨੇ ਬਿਲਕੁਲ ਉਸੇ ਬੰਦੇ ਨੂੰ ਆਈਡੈਂਟੀਫਾਈ ਕੀਤਾ ਉਹਨਾਂ ਦੇ ਕੱਪੜੇ ਵਗੈਰਾ ਜਾਂ ਮੋਟਰਸਾਈਕਲ ਤੋਂ ਅਤੇ ਉਹਨਾਂ ਦੇ ਚਿਹਰਿਆਂ ਤੋਂ ਉਹਨਾਂ ਨੇ ਪ੍ਰੋਪਰ ਆਈਡੈਂਟੀਫਾਈ ਕੀਤਾ। ਦੈਨ ਫਿਰ ਅਸੀਂ ਉਹਨਾਂ ਨੂੰ ਲੈ ਕੇ ਜਿਹੜਾ ਹੈਗਾ ਫੁਟੇਜ ਵਗੈਰਾ ਲੈ ਕੇ ਅਸੀਂ ਜਿੰਨੇ ਵੀ ਨੇੜੇ ਤੇੜੇ ਦੇ ਕਾਲਜ ਵਗੈਰਾ ਸੀਗੇ ਉਹਨਾਂ ਨੂੰ ਅਸੀਂ ਉੱਥੇ ਜਾ ਕੇ ਦਿਖਾਇਆ ਅਤੇ ਸਾਨੂੰ ਫਿਰ ਆਸਰਾ ਕਾਲਜ ਦੇ ਵਿੱਚੋਂ ਉਹਨਾਂ ਦੀ ਆਈਡੈਂਟੀਫਿਕੇਸ਼ਨ ਹੋ ਗਈ ਇਹ ਕਿਹੜੇ ਬੰਦੇ ਇਹਨਾਂ ਨੇ ਜੀ। ਟੋਟਲ 9 ਅਟੈਂਪਟ ਕੀਤੇ ਆ ਵਾਰਦਾਤਾਂ ਦੇ ਅਤੇ ਉਹਨਾਂ ਦੇ ਵਿੱਚੋਂ ਇਹਨਾਂ ਇਹ 7 ਦੇ ਵਿੱਚ ਸਕਸੈਸਫੁਲ ਹੋਏ ਆ। ਅਲੱਗ ਅਲੱਗ ਥਾਣਿਆਂ ਦੇ ਵਿੱਚ ਕੋਈ ਸਮਾਣੇ ਦੇ ਵਿੱਚ ਹੈ, ਕੁਛ ਧੂਰੀ ਸਾਈਡ ਦੇ ਹੈ, ਕੁਛ ਭਵਾਨੀਗੜ੍ਹ ਸਾਈਡ ਦੇ ਹੈ ਅਤੇ ਪਟਿਆਲੇ ਡਿਸਟ੍ਰਿਕਟ ਦੇ ਕੁਛ, ਜਿਹਦੇ 'ਚੋਂ 7 ਦੇ ਵਿੱਚ ਸਕਸੈਸਫੁਲ ਹੋਏ ਆ। ਇਹਨਾਂ ਦੀ ਜੀ ਐਜੂਕੇਸ਼ਨ ਇਹ ਆਸਰਾ ਕਾਲਜ ਦੇ ਵਿੱਚ ਇੱਕ 2 ਤਾਂ BCA ਇੱਕ ਤਾਂ ਕਰ ਚੁੱਕਾ, ਇੱਕ ਕਰ ਰਿਹਾ ਹੈਗਾ, ਇੱਕ ਜਿਹੜੀ ਆਪਣੀ ਹਾਇਰ ਸੈਕੰਡਰੀ ਹੈ ਉਹ ਆਸਰਾ ਕਾਲਜ ਦੇ ਵਿੱਚੋਂ ਪੂਰੀ ਕਰ ਰਿਹਾ ਜੀ। ਅਸੀਂ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਚੱਲੂਗੀ ਅੱਗੇ ਉਸ ਮੁਤਾਬਕ ਅਸੀਂ ਤੁਹਾਨੂੰ ਦੱਸਦੇ ਜਾਵਾਂਗੇ। ਫਿਲਹਾਲ ਤਾਂ ਇਹਨਾਂ ਨੇ ਆਹ 9 ਵਾਰਦਾਤਾਂ ਹੀ ਜਿਹੜੀਆਂ ਉਹ ਮੰਨੀਆਂ ਅਤੇ ਮੋਡਸ ਆਪਰੈਂਡੀ ਹੈ ਜਿਹੜੀ ਇਹਨਾਂ ਦੀ ਉਹ ਇਹੀ ਸੀਗੀ ਕਿ ਇਹ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਇਹ ਘਟਨਾ ਨੂੰ ਵਾਰਦਾਤ ਦਿੰਦੇ ਸੀ ਔਰ ਤਿੰਨੇ ਇਕੱਠੇ ਹੁੰਦੇ ਸੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼।